से मिलो उर्वी से। हेलो तो बोल रही है। इसका बर्थडे है, ये हमारी बर्थडे कल है, कल की। कल से पार्टी लेके फिर जाएंगे। लेके फिर जाना है। ये बोल रही है मम्मा को ड्रेस लेने चले है ना, ये बोल रही ना। कहती है अगर वो लेट हो गया ना तो इन्होंने बोला चल बच्चे कोई बात नहीं, आज मैं थक गई हूँ, मेरा सीरियल कट। गाइस देखो ये छुप गई है, हमारे ब्लॉग सभी देखती है, यहाँ पर छुपी हुई देखो ऐसे खुद देखती है। चलो ये रेड नहीं होगा, ऊपर आ जाओ जल्दी से, ऐसे ऐसे ही बनेगी वीडियो फिर। जल्दी दिखा, जल्दी जल्दी शक्ल दिखा। उर्वी से मिलो, उर्वी शर्मा रही थी अभी, बोल। हमको अच्छा लग रहा है आप आए, बोलो बताओ कुछ अच्छा लगा। रह लो कल भी, कल भी रह लूं। चल ठीक है, रह लेंगे। चल ठीक है, जा रही हूं। गाइस मेरा आइडिया काम आ गया, कह रही थी कल स्कूल जाना, मस्ती ने कह रही छुट्टी करनी है, रिया मान गई। गाइस गोल्डन टेंपल आए हैं घूमने वास्ते, इधर स्पेशल मलाई मोमोज बहुत मशहूर है, विशाल मोमोज वाला। शिल्पा ने खाते हुनी, शिल्पा टेस्टी लगे, टेस्टी लगे। गाइस इन्हां दी वारी हुन आई आ, ਅਸੀਂ ਸਾਰੇ ਖਾ ਚੁੱਕੇ ਹਾਂ, ਬਹੁਤ ਟੇਸਟੀ ਸੀ। 6-7 ਪਲੇਟਾਂ ਖਾ ਚੁੱਕੇ ਅਸੀਂ, ਹੁਣ 2-3 ਪਲੇਟਾਂ ਹੋਰ ਦੁਬਾਰਾ ਆ ਰਹੀਆਂ। ਮਾਸਟਰ ਦੇ ਰਹੇ ਸਾਰਿਆਂ ਨੂੰ ਸਰਵ ਕਰ ਰਹੇ ਆ। ਆ ਰਹੋ ਜੀ, ਟੇਸਟੀ ਥੇ। ਗਾਈ ਪਾਪਾ ਇੰਨੀ ਦੇਰ ਦੇ ਨਾ ਵੇਟ ਕਰ ਰਹੇ ਸੀ, ਮੰਮੀ ਆਊਗੇ ਤਾਂ ਫਿਰ ਖਾਵਾਂਗੇ। ਅਸੀਂ ਝੂਠ ਬੋਲਿਆ ਮੰਮੀ ਨੂੰ, ਪਾਪਾ ਇੱਕ ਪਲੇਟ ਖਾ ਚੁੱਕੇ ਆ, ਬਸ ਮੰਮੀ ਨੂੰ ਜਾਣ ਕੇ ਝੂਠ ਬੋਲ ਰਹੇ ਸੀ। ਪਾਪਾ ਨੇ ਇੱਕ ਪਲੇਟ ਪੂਰੀ ਖਾਧੀ, ਸ਼ਿਲਪਾ ਨੇ 2 ਪਲੇਟਾਂ ਖਾਧੀਆਂ, ਆਣੀਆਂ 3 ਪਲੇਟਾਂ ਖਾਧੀਆਂ। ਕਿਹਨੂੰ ਹੋਰ ਖਾਣੇ ਬੱਚੇ, ਤੁਹਾਨੂੰ ਫੇਵਰੇਟ ਆ, ਲੈ ਲਓ ਇੱਕ ਪਲੇਟ। ਤਾਂ ਗਾਈਸ ਤੁਸੀਂ ਜਦੋਂ ਵੀ ਆਓ ਨਾ ਇੱਥੇ ਵਿਸ਼ਾਲ ਮੋਮੋਜ਼ ਵਾਲਾ ਅੰਮ੍ਰਿਤਸਰ ਆ ਕੇ ਜ਼ਰੂਰ ਖਾਣਾ। ਸਾਹਿਲ ਜੀ ਇਕੱਲੇ ਇਕੱਲੇ ਖਾਈ ਜਾ ਰਹੇ ਆ, ਦੇਖੋ ਸਾਨੂੰ ਇਹ ਪੁੱਛ ਨਹੀਂ ਰਹੇ ਆ। ਜੀ ਤੁਸੀਂ ਪੁੱਛ ਨਹੀਂ ਰਹੇ ਇੱਕ ਦਿਨ ਨੂੰ ਖਾਣ ਦਾ, ਕਿੰਨੀਆਂ ਪਲੇਟਾਂ ਖਾ ਗਿਆ ਹੈ? ਇੱਕ ਪਲੇਟ, ਠੀਕ ਹੈ। ਤਾਂ ਗਾਈਸ ਪਹੁੰਚ ਚੁੱਕੇ ਸੀ ਗੋਲਡਨ ਟੈਂਪਲ ਦੀ ਐਂਟਰੀ 'ਤੇ, ਤੁਹਾਨੂੰ ਬੁਲਾਉਂਦੇ ਹਾਂ ਅਸੀਂ ਅੰਦਰ ਜਾ ਕੇ। ਗਾਈਸ ਮੈਂ ਨਾ ਵਲੌਗ ਬਣਾਉਣ 'ਚ ਰਹਿ ਜਾਂਦੀ ਹਾਂ, ਸਾਰੇ ਭੱਜ ਜਾਂਦੇ ਆ। ਗਾਈਸ ਗਾਈਸ ਦੇਖੋ ਰੌਣਕਾਂ, ਕਿੰਨੀ ਵਧੀਆ ਰੌਣਕ ਲੱਗੀ ਹੋਈ ਇੱਥੇ। ਰਾਤ ਨੂੰ ਜ਼ਿਆਦਾ ਸੋਹਣਾ ਲੱਗਦਾ, ਜਦੋਂ ਤੁਸੀਂ ਆਓ ਨਾ ਰਾਤ ਨੂੰ ਆਓ ਇੱਥੇ, ਬਹੁਤ ਮਜ਼ਾ ਆ ਰਿਹਾ। ਹਾਂਜੀ ਕੀ ਕਹਿ ਰਹੇ? ਮਜ਼ਾ ਆ ਰਿਹਾ, ਠੀਕ ਆ। ਵੀਡੀਓ ਬਣਾਈਏ, ਮੁਸਕਾਨ ਕਹਿ ਰਹੀ ਵੀਡੀਓ ਬਣਾਓ ਇੱਥੇ। ਮੁਸਕਾਨ ਬੋਲੀਏ ਦੁਬਾਰਾ, ਡੇਡੇ ਮਿੱਡੇ ਹੋਏ ਨੇ, ਮੁਸਕਾਨ ਬੋਲੋ। ਫੋਟੋ ਆ ਲਗੇ ਗਾਈਸ, ਅੱਧੇ ਜਣੇ ਅੱਗੇ ਚਲੇ ਗਏ ਆ, ਦੇਖਦੇ ਹੋ ਕੁਛ ਆਇਆ ਤੁਹਾਨੂੰ, ਅੱਧੇ ਪਿੱਛੇ ਆ ਰਹੇ ਆ। ਮਾਸੀ ਫੋਨ ਤੇ ਗੱਲ ਕਰ ਰਹੇ ਆ, ਸਾਹਿਲ ਜੱਸੂ ਲੜਾਈ ਹੋ ਰਹੀ ਆ ਰਹੀ, ਇਹਨਾਂ ਦੀ ਲੜਾਈ ਹੁੰਦੀ ਰਹਿੰਦੀ। ਗਾਈਸ ਮੈਨੂੰ ਨਹੀਂ ਸਮਝ ਲੱਗਦੀ ਇਹਨਾਂ ਦੀ। ਅਸੀਂ ਜਲਿਆਂਵਾਲਾ ਬਾਗ ਕੋ ਪਹੁੰਚ ਚੁੱਕੇ ਹਾਂ, ਪਰ ਅਸੀਂ ਹੁਣ ਅੰਦਰ ਨਹੀਂ ਜਾ ਸਕਦੇ, ਟਾਈਮ ਬਹੁਤ ਹੋ ਚੁੱਕਾ ਵਾ, ਤਾਂ ਇਹ 7 ਵਜੇ ਬੰਦ ਹੋ ਜਾਂਦਾ ਜਲਿਆਂਵਾਲਾ ਬਾਗ। ਅਸੀਂ ਲੇਟ ਆਏ, ਬਹੁਤ ਲੇਟ ਹੋ ਗਏ, ਅਸੀਂ ਬੰਦ ਹੋ ਗਿਆ ਹੈ। ਚਲੋ ਗਾਈਸ ਸਾਰੇ ਲੈ ਆਈਸਕ੍ਰੀਮ ਲੈ ਕੇ ਆਏ ਆ, ਚਲੋ ਸਰਵ ਕਰੋ ਆਈਸਕ੍ਰੀਮ, ਖਾਓ ਆਈਸਕ੍ਰੀਮ ਖਾਓ ਸਭੀ। ਹਰਸ਼ੂ ਮੈਂ ਵੀ ਬੋਲ ਰਿਹਾ, ਮੈਂ ਵੀ ਖਾਊਂਗਾ, ਮੈਂ ਵੀ। ਜਲਿਆਂਵਾਲਾ ਬਾਗ ਬੰਦ ਹੋ ਗਿਆ ਹੈ ਨਾ 7 ਵਜੇ। ਕਨੂੰ ਜੀ ਥੱਕ ਚੁੱਕੇ, ਕਨੂੰ ਕਹਿ ਰਹੀ ਹੈ ਕਿ ਵਾਪਸ ਚਲੇ ਜਾਓ, ਇੱਥੋਂ ਅੱਗੇ ਨਹੀਂ ਜਾਣਾ, ਬਹੁਤ ਜ਼ਿਆਦਾ ਥੱਕ ਗਏ। ਗਾਈਸ ਪਹੁੰਚ ਚੁੱਕੇ ਅਸੀਂ ਗੋਲਡਨ ਟੈਂਪਲ, ਥੱਕ ਗਏ ਪਰ ਗਾਈਸ ਅਸੀਂ ਬਹੁਤ ਜ਼ਿਆਦਾ ਥੱਕ ਗਏ ਹਾਂ, ਬੜਾ ਚੱਲਣਾ ਪੈਂਦਾ ਗਾਈਸ, ਚੱਲ ਚੱਲ ਕੇ।
ਥੱਕ ਜਾਂਦੇ ਹਾਂ ਅਸੀਂ ਬਹੁਤ ਜ਼ਿਆਦਾ ਸਾਰੇ ਸਾਡੇ ਸਭ ਤੋਂ ਜ਼ਿਆਦਾ ਸਾਡੇ ਕਾਹਨੂੰ ਥੱਕੀ ਹੈ ਗਾਈਸ, ਜਸ਼ ਤਾਂ ਥੱਕੀ ਹੋਈ ਆ ਸਭ ਤੋਂ ਜ਼ਿਆਦਾ, ਉਹਦੇ ਪਾਪਾ ਥੱਕ ਗਏ ਆ, ਜਸ਼ ਤਾਂ ਚੱਕ ਚੱਕ ਕੇ ਚਲੋ ਅੰਦਰ ਜਾਂਦੇ ਹਾਂ। ਤਾਂ ਗਾਈਸ ਸ਼ਿਲਪਾ ਨਾਲ ਰਸਤੇ 'ਚ ਕਹਿ ਰਹੇ ਸੀ ਵਾਪਸ ਚੱਲਦੇ ਹਾਂ ਕਿ ਬਹੁਤ ਜ਼ਿਆਦਾ ਥੱਕ ਗਏ ਹਾਂ, ਪਰ ਆਖਿਰਕਾਰ ਪਹੁੰਚ ਹੀ ਗਏ ਹਾਂ ਅਸੀਂ ਗੋਲਡਨ ਟੈਂਪਲ। ਹੁਣ ਅਸੀਂ ਅੰਦਰ ਲੈ ਜਾ ਕੇ ਉਹਨੂੰ ਲਾਈਨ 'ਚ ਲਗਵਾਉਣਾ ਉੱਥੇ, ਤਾਂ ਫਿਰ ਤੁਹਾਨੂੰ ਅੰਦਰ ਜਾ ਕੇ ਮਿਲਦੇ ਹਾਂ। ਅੰਦਰ ਨਹੀਂ ਜਾਣਾ ਹੁਣ, ਤੁਸੀਂ ਜਾਏਂਗੇ? ਚਲੋ ਟਮਸ ਆ ਜਾਓ ਚੱਲਦੇ। ਕੋਈ ਬਹੁਤ ਜ਼ਿਆਦਾ ਰਸ਼ ਆ, ਚਲੋ ਅੰਦਰ ਜਾ ਕੇ। ਇਹਨਾਂ ਨੂੰ ਨਾ ਚੱਪਲਾਂ ਚੱਕਣ ਵਾਲਾ ਨਾ ਬੋਰਾ ਨਹੀਂ ਦਿੱਤਾ, ਉਹ ਕੇ ਸੋਚ ਕੇ ਉਹਨਾਂ ਨੇ ਪਤਾ ਕੀ ਹੁਣ ਦਿੱਤਾ ਕਿ ਦੋਨੋਂ ਹੀ ਨਾ ਇਹ ਲੜਕੇ ਨਾ ਇੱਦਾਂ ਦੇ ਲੱਗ ਰਹੇ ਬੱਚੇ ਚੱਕਣ ਵਾਲੇ, ਕਹਿੰਦੇ ਕੀ ਕਰਨਾ ਬੋਰਾ। ਉਹਨਾਂ ਨੇ ਦਿੱਤਾ ਨਹੀਂ ਬੋਰਾ ਗਾਈਸ, ਦੇਖ ਲਓ ਹੁਣ ਅਸੀਂ ਅੰਦਰ ਜਾ ਰਹੇ ਚੱਪਲਾਂ ਲਾਉਣ ਆਪ ਹੀ। ਕੀ ਕਹਿੰਦੇ ਅਣੀ ਕੀ ਕਿਹਾ ਅੰਕਲ ਚੱਪਲਾਂ ਵਾਲੇ ਨੇ? ਟਰਾਲੀ ਭਰ ਕੇ ਸੰਗਤ ਲਿਆ, ਤੂੰ ਹੁਣ ਤੈਨੂੰ ਟਰਾਲੀ ਵਾਲੀ ਸੰਗਤ ਦਿਖਾਉਣੇ ਚਲਾਓ ਸਾਰੇ। ਗਾਈਸ ਮੁਸਕਾਨ ਕਹਿ ਰਹੀ ਹੈ ਇੰਨੀ ਸੰਗਤ ਦੇਖ ਕੇ ਨਾ ਘਬਰਾਹਟ ਹੋ ਰਹੀ ਪਈ ਆ, ਜੋੜਾ ਘਰ 'ਚ ਇੰਨੀ ਸੰਗਤ ਆ ਗਾਈਸ, ਤਾਂ ਅੰਦਰ ਕਿੰਨੀ ਹੋਏਗੀ ਗਾਈਸ। ਦੁਬਾਰਾ ਤੈਨੂੰ ਕੀ ਕਿਹਾ ਸੁਣਾ ਨੇ, ਫਿਰ ਤੁਸੀਂ ਕੀ ਜਵਾਬ ਦਿੱਤਾ? ਅਸੀਂ ਨਾ ਟੋਕਨ ਦੀ ਨਾ ਫੋਟੋ ਖਿੱਚ ਰਹੇ ਹਾਂ ਜੀ, ਗੁੰਮ ਹੋ ਗਿਆ ਸਾਡੇ ਸਾਰਿਆਂ ਚੱਪਲਾਂ ਨਾ ਗੁੰਮ ਹੋਏ ਨਹੀਂ, ਇਹ ਮਾਸੜ ਜੀ ਦਾ ਆਈਡੀਆ ਸਾਡੇ 429 ਨੰਬਰ ਯਾਦ ਹੋ ਗਿਆ ਸਾਨੂੰ ਇੱਦਾਂ ਹੀ ਵਲੌਗ 'ਚ। ਗਾਈਸ ਚੱਲਦੇ ਹਾਂ ਅੱਗੇ, ਮਿਲਦੇ ਤੁਹਾਨੂੰ ਅੱਗੇ ਜਾ ਕੇ। ਗਾਈਸ ਉਹਨਾਂ ਦੇ ਪਟਕੇ ਬੰਨਣ ਦੀ ਵਾਰੀ ਆ ਗਈ ਆ, ਰੋਸ਼ਨ ਜਲਦੀ ਜਲਦੀ ਬੰਨ ਲੈ, ਇੱਥੇ ਵੀ ਤੁਹਾਡਾ ਕੋਈ ਕਲੋਲ ਹੋ ਜਾਵੇ। ਗਾਈਸ ਜਾ ਰਹੇ ਹਾਂ ਅਸੀਂ ਅੰਦਰ ਚੈੱਕ ਕਰਨ, ਸਾਰਿਆਂ ਦੇ ਪਟਕੇ ਬੰਨ ਲਏ ਆ। ਮਾਸਟਰ ਨੂੰ ਮਿਲੋ ਪਟਕਾ ਬੰਨਦੇ ਹੋਏ, ਮੁਸਕਾਨ ਨੂੰ, ਸਾਰੇ ਸੁੰਦਰ ਲੱਗ ਰਹੇ ਆ। ਆ ਰਹੇ ਹੋ ਛੋਟਾ ਹੈ ਬੱਚੇ, ਦੇਖੋ ਬੰਦੋ ਮਾਸੀ ਬੰਦੋ, ਸਾਰੇ ਔਰੰਜ ਔਰੰਜ ਪਕੜ ਪਟਕੇ ਬੰਨ ਕੇ ਰੈਡੀ ਹੋ ਗਏ ਆ, ਮਾਸੀ ਬੰਦੋ। ਗਾਈਸ ਜਾ ਰਹੇ ਅਸੀਂ ਅੰਦਰ, ਮੈਂ ਵੀ ਪਟਕਾ ਬੰਨ ਲਿਆ, ਮਾਸੀ ਨੂੰ ਕਹਿੰਦੇ ਸੁੰਦਰ ਲੱਗ ਰਿਹਾ ਪਟਕਾ ਬੰਨ ਕੇ। ਗਾਈਸ ਪਹੁੰਚ ਗਏ ਅਸੀਂ ਗੋਲਡਨ ਟੈਂਪਲ, ਅੰਦਰ ਜਾ ਰਹੇ ਹਾਂ, ਸਾਰੇ ਜਣੇ ਪਹੁੰਚ ਗਏ ਅੰਦਰ, ਪੌੜੀਆਂ ਚੜ੍ਹਦੇ ਉਤਰਦੇ ਉਤਰਦੇ। ਚਲੋ ਮਿਲਦੇ ਤੁਹਾਨੂੰ ਅੰਦਰ ਜਾ ਕੇ, ਕਹਿ ਰਹੇ ਕਿ ਫੋਨ ਅਲਾਊਡ ਨਹੀਂ ਆ ਅੰਦਰ, ਬਾਕੀ ਦੇਖਦੇ ਜੇ ਥੋੜ੍ਹੀ ਜਿਹੀ ਵੀਡੀਓ ਬਣਾ ਸਕਦੇ ਹਾਂ ਤਾਂ ਬਣਾ ਲਾਂਗੇ, ਬਾਕੀ ਅੰਦਰ ਜਾ ਕੇ ਦੇਖਦੇ ਹਾਂ। ਗਾਈਸ ਜਿੱਥੇ ਦੇਖੋ ਕਿੰਨਾ ਸੁੰਦਰ ਲੱਗ ਰਿਹਾ ਗਾਈਸ, ਪਟਕਾ ਬਣ ਕੇ ਦੇਖ ਰਹੇ ਹਾਂ, ਪਰ ਫਿਸ਼ ਦੇਖ ਰਹੇ ਹੋ ਕੌਣ ਸੇ ਕਲਰ ਕੀ ਹੈ? ਬਲੈਕ ਵਾਲੀ। ਔਰ ਕੌਣ ਸਾ ਕਲਰ ਥਾ? ਠੀਕ ਹੈ ਚਲੋ ਉੱਥੋਂ ਚਲੋ, ਜਬ ਜੈ ਕਰ ਲਈ ਨਾ ਚਲੋ। ਗਾਈਸ ਮੱਥਾ ਟੇਕ ਲਿਆ, ਪ੍ਰਸ਼ਾਦ ਵੀ ਖਾ ਲਿਆ, ਕੜਾਹ ਬਹੁਤ ਟੇਸਟੀ ਥਾ ਗਾਈਸ। ਜੈ ਬੋਲ ਰਹੇ ਜੇ ਸਭੀ, ਮੰਮਾ ਬੋਲ ਰਹੇ ਬਸ ਕਰੋ ਜਾਂ ਅਸੀਂ ਫੋਨ ਪਕੜ ਲੈਤੇ, ਉਹ ਬੋਲਤੇ ਵੀਡੀਓ ਨਹੀਂ ਬਣਾਉਣੀ। ਚਲੋ ਬਾਏ ਬਾਏ ਗਾਈਸ, ਜਾ ਰਹੇ ਅਸੀਂ ਵਾਪਸ, ਹੁਣ ਮੱਥਾ ਟੇਕ ਲਿਆ ਵਾ, ਬਹੁਤ ਵਧੀਆ ਦਰਸ਼ਨ ਹੋਏ ਗਾਈਸ, ਮਿਲਦੇ ਹੁਣ ਤੁਹਾਨੂੰ ਘਰ ਜਾ ਕੇ। ਬਾਏ ਬਾਏ ਬੋਲੋ ਕੱਛੂ ਕਰ, ਬਾਏ ਬਾਏ ਬੋਲੋ, ਬਾਏ ਬਾਏ ਗਾਈਸ। ਗਾਈਸ ਇਹਨਾਂ ਦੀ ਪੁੱਛ ਨਿਕਲ ਚੁੱਕੀ ਹੈ, ਸ਼ਿਲਪਾ ਕਹਿ ਰਹੀ ਹੈ ਘਰ ਦਾ ਕਿੱਦਾਂ ਜਾਣਾ ਤੁਰ ਕੇ, ਬਾਏ ਕਰੀ, ਬਾਏ ਬਸ ਵਲੌਗ ਬੰਦ ਕਰ ਦੇ, ਬਸ ਬਾਏ ਕਰ ਦਈਏ ਹੁਣ, ਬਾਏ ਬਾਏ। ਚਲੋ ਗਾਈਸ ਜਾ ਰਹੇ ਹੁਣ ਅਸੀਂ ਵਾਪਸ, ਬਹੁਤ ਜ਼ਿਆਦਾ ਥੱਕ ਗਏ ਹਾਂ, ਵਾਲ ਮੇਰੇ ਖਿਲਰ ਗਏ ਆ ਪਟਕਾ ਬੰਨਣ ਦੇ ਨਾਲ, ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ 'ਚ ਜਾਂ ਨੈਕਸਟ ਵਲੌਗ 'ਚ, ਦੇਖਦੇ ਹਾਂ ਕੀ ਕਰਦੇ ਹਾਂ, ਬਾਏ ਬਾਏ। ਗਾਈਸ ਮੰਮੀ ਕਹਿ ਰਹੇ ਆ ਵਲੌਗ ਬੰਦ ਨਹੀਂ ਕੀਤਾ ਹੁਣ ਅਸੀਂ, ਗਾਈਸ ਦੇਖੋ ਕਿਆ ਚੱਲ ਰਿਹਾ ਹੈ। ਪਾਪਾ ਦੀ ਦਾਦੀ ਅੰਮਾ ਹੋ ਆਪ, ਸਭੀ ਪਹੁੰਚ ਗਏ ਆਟੋ ਤੱਕ,
अब ऑटो में जाएंगे। मासी देखो आगे बैठ के आए यार, जगह नहीं मिली यार ऑटो च ना, अगे बैठ के आए उर्वी ऑटो आगे बैठ के आए। गाइस उर्वी का बर्थडे आ, 12 बज चुके हैं, असं उसके लिए केक मंगवाया वा, बड़ी मुश्किल लभ के लैके आए हैं। मैंने केक की ना पैकिंग बहुत सोहनी लगी, जैसे दिखाओ केक की पैकिंग बहुत सोहनी है गाइस, देखो इस तरह लग जिदा टैची टैची बनया हुआ गाइस, इदा लग रहा वा केक की पैकिंग बहुत सोहनी गाइस। नहीं अभी बर्थडे गर्ल को आने दो, फिर मिलते जच्छू। हैप्पी बर्थडे बोल रही है उर्वी को, 12 बज गए। रिया को गाइस इनके नाम में कंफ्यूजन रहती है, रिया और भी। हैप्पी बर्थडे टू यू रिया, बोलो। मासी ओपन कर रहे केक, केक की पैकिंग बहुत अच्छी लगी हमें, केक भी दिखाते हैं आपको। ये कितने साल के हो गए आप? एक रिया का, एक उर्वी का, एक मुस्कान का, इन तीनों के दिल बने हुए यहाँ पर। चलो हैप्पी बर्थडे टू यू, हैप्पी बर्थडे टू यू, हैप्पी बर्थडे टू यू, हैप्पी बर्थडे डियर रिया, हैप्पी बर्थडे टू यू, हैप्पी बर्थडे टू यू, हैप्पी बर्थडे डियर रिया, हैप्पी बर्थडे टू यू रिया, हैप्पी बर्थडे टू यू, क्लैपिन। हैप्पी बर्थडे टू यू, वाह एक फूक जी कुड़ी, फूक जान बड़ी सी यार, उन्हें एक फूक जी गाई सारियां कैंडल्स की करती हैं, ब्लो करती हैं। चलो खिलाओ उसको, ओए उसको खिला, बर्थडे उसका, मुस्कान का हाल चेक कर लो गाइस, जाओ चुप खिलाओ उसको, खान दे चिन खाने हैं, मैं भी खिलाऊंगी जल्दी, बच्चू भी खिला रही है। चलो कैरू खिलाओ दीदी को, इधर देखो अमृतसर, रात बज चुकी है 12, रिया का बर्थडे, सारे जने बर्थडे विशेज दो, वधिया वधिया पढ़े लिखे नर्स बन जाए, मोटी नर्स बड़ी सुंदर लगेगी, ठीक है गाइस। चलो मिलते हैं हम आपको बाद में, सुबह मिलते हैं गाइस। मुस्कान ना कुछ कह रही है, हाँ जी की कहती, कहती 19 जून आ जाइयो फिर मेरे बर्थडे, ठीक है तू उत्थे होई साडे को छुट्टियां च, अच्छा चल ठीक है आ जाएंगे। तो गाइस आ गए असीं वापस गोल्डन टेंपल, तो बहुत ज़्यादा थके हैं हम, इस ब्लॉग का करते हैं एंड, ब्लॉग अच्छा लगे तो लाइक करना, अच्छा बोलो लाइक करो, शेयर करना, लाइक करना, करते हैं लाइक करना, बोलो बाय बाय गाइस, बाय बाय, गुड नाइट, गुड नाइट गाइज, गुड मॉर्निंग, वेलकम टू माई न्यू ब्लॉग। तो गाइज सुबह हो चुकी है, रात को केक कट के 12 बजे केक कट किया, फिर बहुत ज़्यादा लेट हो गए, अभी उठे
सभी रेडी हो रहे हैं, जा रहे हैं हम क्या खाने, पैटी कुलचा, पैटी कुलचा, पैटी पैटी कुलचा खाने जा रहे हैं। सभी रेडी हो गए पैटी कुलचा। आरव की वेट कर रहे हैं, आरव वॉशरूम में गया हुआ है, इतना टाइम लगा दिया उसने। गाइस आ गया कनू, आ गया। ਅਸੀਂ ਪੈਟੀ ਕੁਲਚਾ ਖਾਣ ਲਈ ਸਾਰੇ ਜਣੇ ਲਾਈਨ 'ਚ ਲੱਗੇ ਹੋਏ, ਅੱਗੇ ਅੱਗੇ ਜਾ ਰਹੇ ਹੋਏ ਆ। ਅੰਮ੍ਰਿਤਸਰ ਦੀਆਂ ਗਲੀਆਂ ਦੇਖੋ ਗਾਇਸ, ਚੱਪਲਾਂ ਦੇਖ ਰਹੇ ਇੱਥੇ, ਲੈਣੀ ਹੈ ਚੱਪਲ। ਅੱਛਾ, ਬਣਾ ਕੇ ਆ ਰਹੇ ਸਾਰੇ ਜਣੇ ਪਿੱਛੇ, ਪੈਟੀ ਕੁਲਚੇ ਲਈ ਲਾਈਨ ਬਣੀ ਹੋਈ ਆ। ਮੇਰੇ ਪਿੱਛੇ ਪਿੱਛੇ ਸਾਰੇ ਚੱਲ ਰਹੇ ਆ ਵੀਡੀਓ 'ਚ ਆ ਲਈ। ਬਹੁਤ ਲੇਟ ਕਰਵਾ ਰਹੀ ਆ, ਦੇਖੋ ਕਿੰਨੇ ਆਰਾਮ ਨਾਲ ਤੁਰੀ ਹੋਈ ਆ, ਇੰਨੀ ਲੇਟ ਲੇਟ। ਉੱਥੇ ਰਸ਼ ਪੈ ਜਾਣਾ ਬਹੁਤ ਜ਼ਿਆਦਾ, ਆਪਣੇ ਪਾਪਾ ਨੂੰ ਤੰਗ ਕਰਦੇ ਹੋਏ ਦੇਖੋ। ਫਿਰ ਅਸੀਂ ਰਾਤ ਵਾਲੀ ਜਗ੍ਹਾ 'ਤੇ ਆ ਗਏ ਹਾਂ, ਗੋਲਡਨ ਟੈਂਪਲ ਵਾਲੀ ਸਾਈਡ, ਇੱਧਰ ਹੀ ਮਿਲਦਾ ਨਿਊਟਰੀ ਕੁਲਚਾ। ਕਿਆ ਨਿਊਟਰੀ ਕੁਲਚਾ ਬੋਲੀ ਜਾ ਰਹੀ ਮੈਂ, ਗਾਈਜ਼ ਮੈਨੇ ਗਲਤੀ ਸੇ ਪੈਟੀ ਕੁਲਚਾ ਕਿਆ, ਨਿਊਟਰੀ ਕੁਲਚਾ ਬੋਲਦੀ ਆ, ਪੈਟੀ ਕੁਲਚਾ ਹੈ। ਆਰਵਾ ਨੇ ਬਤਾਇਆ ਥਾ, ਆਰਵਾ ਆਪਣੇ ਕਹਾਂ ਪਰ ਦੇਖਾ ਥਾ ਵੋ ਪੈਟੀ ਕੁਲਚਾ ਮਸ਼ਹੂਰ, ਕਿਸਕੇ ਵਲੌਗ ਮੈਂ। ਅੱਛਾ ਤਾਂ ਗਾਈਜ਼ ਪਹੁੰਚਣ ਲੱਗੇ ਹਮ, ਥੋੜ੍ਹਾ ਦੂਰ ਰਹਿ ਗਿਆ। ਬਹੁਤ ਗੁੱਸੇ ਹੁੰਦਾ ਮੈਨੂੰ, ਐਨਕ ਲੈ ਕੇ ਦਿਓ ਪਹਿਲਾਂ, ਫਿਰ ਪੈਟੀ ਕੁਲਚਾ ਖਾਣਾ ਵਾ। ਦੇਖੋ ਗਾਈਜ਼ ਅੱਛੀ ਲੱਗ ਰਹੀ, ਸਾਢੇ 100 ਰੁਪਏ ਦੀ ਆ ਭਈਆ। ਤਾਂ ਪੁੱਛੀ ਹੱਸੀ ਆ ਰਹੀ, ਮੈਂ ਉੱਥੇ ਰੇਟ ਕਰ ਰਹੀ ਹਾਂ ਨਾ, ਇਹ ਪਤਾ ਨਹੀਂ ਕਿਉਂ ਹੱਸ ਰਹੀ, ਕਿਉਂ ਹੱਸੀ ਵੈਸੇ ਦੱਸੀ ਸਹੀ, ਇੱਧਰ ਬੋਲੋ ਸਹੀ, ਕੀ ਬੋਲਿਆ ਮੈਨੂੰ, 500 ਦੀ ਐਨਕ ਸੀ, ਮੈਂ 150। ਬਹੁਤ ਕਨਫਿਊਜ਼ ਆ, ਐਨਕ ਲੈਣ ਲਈ ਵੀ ਇੰਨਾ ਕਨਫਿਊਜ਼ ਹੋ ਰਹੀ ਪਈ ਆ, ਕਿਹੜੀ ਵਾਲੀ ਲਵਾਂ। ਇੰਨੀ ਐਨਕ ਕੁੱਕੋ ਭਈਆ ਕੋ, ਹਜੇ ਵੀ ਸੋਚ ਰਹੀ ਆ ਭਈਆ। ਆਪਕੋ ਨਾ ਵਲੌਗ ਮੈਂ ਲੈ ਰਹੇ, ਯੂਟਿਊਬ 'ਤੇ ਵਲੌਗ ਡਾਤਾ ਹੈ ਹਮਾਰਾ। ਗਾਈਜ਼ ਦੇਖੋ ਸੁਣ ਲੱਗ ਰਹੀ ਆ, ਰੁੱਸਿਆ ਰਹਿੰਦਾ ਵੀ ਬੁੱਸਿਆ ਰਹਿੰਦਾ, ਪਹਿਲਾਂ ਅਸੀਂ ਕਿਹਾ ਨੂੰ ਐਨਕ ਲੈ ਕੇ ਦਈਏ ਫਿਰ ਕੁਛ ਖਿਲਾਈਏ। ਤੁਸੀਂ ਲੈਣੀ ਮੈਡਮ, ਲੈਣੀ ਤਾਂ ਲੈ ਲਓ। ਫਿਰ ਅਸੀਂ ਰਾਤ ਵਾਲੀ ਜਗ੍ਹਾ 'ਤੇ ਪਹੁੰਚ ਗਏ ਹਾਂ, ਇੱਧਰ ਆ ਬਣਿਆ ਹੋਇਆ ਬਹੁਤ ਸੋਹਣਾ। ਰਿਸ਼ਤਾ ਵੀ ਲਗਾ ਕੇ ਦੇਖ ਰਹੀ ਜੀ ਵੀ ਜਿੱਦ ਕਰ ਰਹੀ ਹੈ, ਰੱਖਤੀ ਹੈ ਨਹੀਂ, ਐਸੇ ਤੋੜ ਲਏ ਜੇ ਦੋਨੋਂ ਭਾਈ ਭੈਣ ਬਹਿ ਗਏ ਉੱਥੇ। ਸਹੀ ਲੱਗੀ, ਦਿਖਾ 50 ਰੁਪਏ ਦੋਵੇਂ ਦੇ ਵੀ। ਦੇਖੋ ਰਿਸ਼ਤਾ ਐਨਕ ਲਗਾ ਕੇ ਰੈਡੀ ਹੋ ਗਈ ਆ, ਅਤੇ ਛੂਤਾ ਜਾ ਰਹੇ ਉੱਧਰ। ਮੈਨੂੰ ਕਹਿੰਦਾ ਆਪਣੇ ਆਪ ਨੂੰ ਨਾ ਤੂੰ ਐਨਕ ਲਾ ਕੇ ਬਹੁਤ ਸਮਾਰਟ ਸਮਝ ਰਿਹਾ ਵਾ, ਇੱਦਾਂ ਲੱਗਦਾ ਮਿੰਨੀ ਬੱਸ ਦੇ ਸ਼ੀਸ਼ੇ ਲਾ ਲਏ ਹੁੰਦੇ। ਜਿੱਥੇ ਦਾ ਇਹ ਮਸ਼ਹੂਰ ਰਾਮ ਕੁਲਚਾ ਪੁਆਇੰਟ, ਪੈਟੀ ਨਾਨ, ਦੇਖੋ ਲਾਈਨ 'ਚ ਲੱਗ ਗਏ ਇੱਧਰ। ਮਸ਼ਹੂਰ ਆ ਇੱਥੇ ਦੇ ਪੈਟੀ ਕੁਲਚਾ, ਇਸ ਤਰ੍ਹਾਂ ਨੂੰ ਫਿਲ ਕਰਦੇ, ਇੰਨਾ ਕੁਛ ਭਰਦੇ ਇਹਦੇ ਵਿੱਚ, ਉਹਦੇ ਤੰਦੂਰ 'ਚ ਲੱਗ ਰਹੇ ਆ ਨਾਲ ਨਾਲ। ਗਾਈਜ਼ ਆ ਦੇਖੋ ਇੱਦਾਂ ਬਣਾਉਂਦੇ, ਇਹਦੀ ਕਟਿੰਗ ਕਰਦੇ ਆ, ਕੀ ਭਰਦੇ ਇਹਦੇ ਵਿੱਚ ਅੰਕਲ ਜੀ? ਕਾਫੀ ਕੁਛ, ਕਾਫੀ ਕੁਛ ਸਬਜ਼ੀਆਂ, ਸਵੀਟ ਕੋਰਨ, ਮਟਰ, ਹੋਰ ਦੱਸੋ। ਕਾਲੀ ਮਿਰਚ, ਜੀਰਾ, ਜਵਾਨ। ਅੱਛਾ ਜੀ, ਪਾਣ ਲੱਗਿਆ ਮੈਂ ਆਪ ਹੋ ਜਾਂਦਾ। ਅੱਛਾ ਠੀਕ ਆ ਜੀ, ਦੇਖੋ ਜੋ ਇਹਨੂੰ ਇਸ ਤਰ੍ਹਾਂ ਵੇਲੂਗੇ ਇਸ ਤਰ੍ਹਾਂ। ਅੱਛਾ ਇਸ ਤਰ੍ਹਾਂ ਇਹ ਪੈਟੀ ਸ਼ੇਪ ਦਿੰਦੇ ਇਹਨੂੰ। ਆਰਵ ਜੀ ਤੁਸੀਂ ਕੀ ਕਹੋਗੇ? ਨੰਨੇ ਆਰਵ ਸਪੈਸ਼ਲ ਖਾਣ ਆਇਆ ਹੋਇਆ ਜਲੰਧਰ ਤੋਂ, ਕੁਛ ਕਹਿ ਰਿਹਾ ਮੈਂ, ਹਾਂ ਬੋਲ। ਆਰਵ ਜ਼ਿਆਦਾ ਨਹੀਂ ਬੋਲ ਰਹੇ, ਤੇਰੇ ਮਾਮੂ ਦਾ ਤੂੰ, ਦੋਨਾਂ ਦੇ ਲੱਗਣ ਵਾਲੀਆਂ, ਨਾਲ ਰੋਸ਼ਨ ਦੇ ਵੀ। ਅੱਛਾ ਇਹਨੇ ਐਨਕ ਲਈ, ਤੁਸੀਂ ਕੀ ਕਿਹਾ ਸੀ, ਕੀ ਵਿਚਾਰ ਦਿੱਤੇ ਸੀ? ਇੱਕ ਉਹ ਵੀ ਨਹੀਂ ਹੈਗੇ ਸ਼ਿਲਪਾ, ਹਫ਼ਤਾ ਪਹਿਲਾਂ ਲਾਈਨ 'ਚ ਲੱਗ ਗਈ ਆ ਕੇ,
ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਕੁਲਚਾ ਕੈਰੂ ਮੁਸਕਾਨ ਕੁਲਚਾ ਪੈਟੀ ਕੁਲਚਾ ਮਸ਼ਹੂਰ ਦੇਖੋ ਤਿਆਰ ਹੋ ਕੇ ਕਿੰਨਾ ਸੁੰਦਰ ਲੱਗ ਰਿਹਾ ਵਾ ਬਿਨਾਂ ਚਣਿਆਂ ਤੋਂ ਟੁੱਟ ਕੇ ਪੈ ਗਏ ਸਾਰੇ ਜਣੇ ਇੱਧਰ ਇਹ ਇੱਧਰ ਇਹ ਵਾਲੇ ਵੀ ਦੇਖੋ ਗਾਈਸ ਇਹਨਾਂ ਨੂੰ ਇੱਕ ਹੀ ਮਿਲਿਆ ਵਾ ਹਜੇ ਤੱਕ ਲੋਸ਼ਨ ਦੇਸੀ ਘੀ ਦੇ ਨਾਲ ਤਿਆਰ ਕੀਤੇ ਹੋਏ ਉੱਪਰ ਕੁੱਟ ਕੁੱਟ ਕੇ ਮੱਖਣ ਲਾਇਆ ਹੋਇਆ ਵਾ ਗਾਈਸ ਇਹਨਾਂ ਦਾ ਰਸ਼ ਪਿਆ ਹੋਇਆ ਵਾ ਇੱਥੇ ਵੇਟਿੰਗ ਲੋਕ ਬਾਹਰ ਵੀ ਖੜੇ ਹੋਏ ਆ ਦੇਖੋ ਨਾਲ ਚਨੇ ਆ ਰਹੇ ਗਾਈਸ ਇਨਕਾ ਨਹੀਂ ਆਇਆ ਅਭੀ ਤੱਕ ਲੱਸੀ ਇੱਕ ਗਲਾਸ ਆ ਰਹੇ ਗਰਮਾ ਗਰਮ ਮੈਂ ਨਾ ਗਰਮਾ ਗਰਮ ਲੱਸੀ ਬੋਲਦੀ ਆ ਇਹਨਾਂ ਨੇ ਮੇਰੀ ਬੜੀ ਬੇਇੱਜ਼ਤੀ ਕੀ ਸਾਰੇ ਜਣੇ ਆਣਾ ਠੰਡੀ ਠੰਡੀ ਲੱਸੀ ਸਾਰਵਾ ਪੂਰੀ ਤਰ੍ਹਾਂ ਖੁਸ਼ ਆ ਰਾਮਗੜੀਏ ਦੇ ਵਲੋਗ ਦੇਖ ਦੇਖ ਕੇ ਇਹ ਅੰਮ੍ਰਿਤਸਰ ਆਉਣ ਦੇ ਬੜੇ ਚਾਅ 'ਚ ਸੀਗਾ ਕਿ ਜਾਈਏ ਤਾਂ ਉੱਥੇ ਖਾਣਾ ਪੀਣਾ ਖਾਈਏ ਕੱਲ੍ਹ ਹੀ ਗਿਆ ਵਾ ਖਾਣ ਲਈ ਇਹ ਵਲੋਗ ਨਹੀਂ ਬਣਾ ਕੇ ਲੈ ਕੇ ਆਇਆ ਥੋੜ੍ਹਾ ਜਿਹਾ ਬਤਮੀ ਆ ਸਾਡਾ ਬੱਚਾ ਚਲੋ ਹੌਲੀ ਹੌਲੀ ਗੱਲ ਆ ਜਾਏਗੀ ਕਹਿਰੂ ਟੇਸਟ ਲੱਗਾ ਗਾਈਸ ਇਹਨਾਂ ਨੂੰ ਮੈਨੂੰ ਫੋਨ ਲੈ ਕੇ ਦਿਓ ਮੈਂ ਫੋਨ ਆਏਗਾ ਕਿੱਦਾਂ ਬਣਾਉਣਾ ਅੱਛਾ ਜੀ ਠੀਕ ਹੈ ਗਾਈਸ ਇਹਨੂੰ ਹੁਣ ਥੋੜ੍ਹਾ ਟਾਈਮ ਤੱਕ ਵਲੋਗ ਬਣਾ ਲਈ ਇਹਨੂੰ ਲੈ ਦੇਣਾ ਵਾ ਫੋਨ ਦੇਖਦੇ ਆ ਗਾਈਸ ਕਿੰਨੀ ਲੇਅਰਸ ਵਾਲਾ ਪੂਰਾ ਫਿਲ ਕੀਤਾ ਹੋਇਆ ਚੰਗੀ ਤਰ੍ਹਾਂ ਗਾਈਸ ਗਾਈਸ ਕਣੂ ਦੀ ਪੁੱਛ ਨਿਕਲ ਗਈ ਆ ਮੂੰਹ ਬੰਦ ਕਰ ਕਰਕੇ ਜ਼ਬਰਦਸਤੀ ਖਾ ਰਹੀ ਪਈ ਆ ਫਿਨਿਸ਼ ਹੋ ਗਿਆ ਫਿਨਿਸ਼ ਹੋ ਕੇ ਹਮ ਜਾ ਰਹੇ ਸਾਰੇ ਹਮ ਈ ਰਿਕਸ਼ਾ ਮੈਂ ਦੇਖੋ ਗਾਈਸ ਕੈਸੇ ਬੈਠੇ ਹੋਏ ਸਭੀ ਇੱਕ ਈ ਰਿਕਸ਼ਾ ਦੇ ਵਿੱਚ ਅਸੀਂ 10 ਜਣੇ ਬੈਠੇ ਆ ਮੈਨੂੰ ਲੱਗਦਾ ਸ਼ਾਇਦ ਅੰਮ੍ਰਿਤਸਰ ਦੀ ਗਲੀ ਘੁੰਮ ਰਹੇ ਅਸੀਂ ਈ ਰਿਕਸ਼ਾ 'ਚ ਪੈਟੀ ਕੁਲਚਾ ਖਾਤੇ ਵਕਤ ਖਾਤੇ ਇਹਨਾਂ ਨੇ ਜਸ਼ਤਾਂ ਨੂੰ ਚੇਅਰ ਦਿੱਤੀ ਸੀ ਆਹ ਵਾਲੀ ਮੈਨੂੰ ਲੱਗਦਾ ਇਹ ਵਾਲੀ ਸ਼ੋਪ ਤੋਂ ਲਈ ਹੋਣੀ ਇਹਨਾਂ ਨੇ ਅੰਮ੍ਰਿਤਸਰ ਦੀ ਗਲੀਆਂ 'ਚ ਸ਼ੋਪ ਬੜੀਆਂ ਵਧੀਆ ਵਧੀਆ ਵਾ ਛੋਟੇ ਛੋਟੇ ਹਾਂਜੀ ਕਿਆ ਬੋਲ ਰਹੇ ਹੋ ਅੰਮ੍ਰਿਤਸਰ ਕੇ ਅੰਦਰੋਂ ਗਲੀਓ ਮੈਂ ਆਏ ਹੈ ਅੰਮ੍ਰਿਤਸਰ ਕੇ ਸਵਾਦ ਕਾ ਲੈ ਕਾ ਲੈਨੇ ਓਕੇ ਕੈਸੇ ਲਗੇ ਕੁਲਚੇ ਬਹੁਤ ਅੱਛੇ ਟਰੀ ਹੋ ਗਈ ਆ ਪਾਸ ਫਾਈਨਲ ਹੋ ਗਿਆ ਮੂੰਹ ਮਿੱਠਾ ਕਰੋ ਸਾਰੇ ਜਣੇ ਚੋਕਲੇਟ ਵਾਲੀ ਬਰਫੀ ਅੰਮ੍ਰਿਤਸਰ ਦੀ ਮਸ਼ਹੂਰ ਨਾਲ ਪੀਓ ਕਿਹੜੇ ਵਾਲੇ ਦੀ ਲੱਸੀ ਇਹ ਕੀ ਨਾਮ ਆ ਗਿਆਨ ਦੀ ਲੱਸੀ ਔਰ ਸਾਥ ਮੇਂ ਚੋਕਲੇਟ ਵਾਲੀ ਬਰਫੀ ਹਣੀ ਬੈਠ ਗਿਆ ਉਹ ਨੀਚੇ ਜਾ ਕੇ ਬਾਹਰੋਂ ਕੁਛ ਨਿਕਲ ਕੇ ਆਏ ਮੂੰਹ ਮਿੱਠਾ ਕਰੋ ਗਾਈ ਸਾਰੇ ਜਣੇ ਮੰਮੀ ਪਾਪਾ ਮਾਸੀ ਦੇ ਮਿਲੋ ਇਹਨਾਂ ਨੂੰ ਰੀਆ ਦਾ ਬਰਥਡੇ ਆ ਰਾਤੀ 12 ਵਜੇ ਕੇਕ ਕੱਟਿਆ ਸੀ ਹੁਣ ਫੇਰ ਕੇਕ ਕੱਟ ਰਹੀ ਹੈ ਰੀਆ ਖੁੰਜੇ 'ਚ ਖੜੀ ਹੋਈ ਆ ਰੀਆ ਜੀ ਬੈਠੋ ਦਾਦੀ ਪਾਸ ਦਾਦੀ ਪਾਸ ਬੈਠੋ ਇੱਧਰ ਆਓ ਨਾ ਰੀਆ ਕੇ ਪਾਪਾ ਇਹ ਪਾਪਾ ਰਾਤ ਕੋ ਨਹੀਂ ਥੇ ਇਹ ਰੀਆ ਕੇ ਮੰਮਾ ਇਹ ਮੰਮਾ ਰਾਤ ਕੋ ਥੀ ਹੈਪੀ ਬਰਥਡੇ ਟੂ ਰੀਆ ਹੈਪੀ ਬਰਥਡੇ ਟੂ ਯੂ ਬੋਲਦੇ ਨਹੀਂ ਪੈਂਦੇ ਸਾਰੇ ਜਣੇ ਬੋਲੋ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਰੀਆ ਹੈਪੀ ਬਰਥਡੇ ਟੂ ਯੂ ਬਾਘਾ ਬਾਰਡਰ ਪਹੁੰਚ ਚੁੱਕੇ ਆ ਬਸ 5 ਮਿੰਟ ਦਾ ਰਸਤਾ ਰਹਿ ਗਿਆ ਸ਼ਾਇਦ ਤੁਹਾਨੂੰ ਫਲੈਗ ਦਿਖਦੇ ਹੋਣ
ਦੇਖੋ ਕਲੋਜ਼ ਅਪ ਕਰਕੇ ਦਿਖਾ ਦਿੰਨੀ ਆ ਥੋੜਾ ਜਿਹਾ ਬਸ 5 ਮਿੰਟ ਦਾ ਰਸਤਾ ਰਹਿ ਗਿਆ ਇੱਕ ਇੰਡੀਆ ਦਾ ਫਲੈਗ ਇੱਕ ਪਾਕਿਸਤਾਨ ਦਾ ਫਲੈਗ ਜਿਸ ਤੇ ਦੇਖੋ ਕਿਤੇ ਡਿੱਗੀ ਹੋਈ ਗੱਡੀ ਚ ਇੱਥੋਂ ਦੇਖ ਰਿਹਾ ਇੱਕ ਇੰਡੀਆ ਦਾ ਫਲੈਗ ਇੱਕ ਪਾਕਿਸਤਾਨ ਦਾ ਫਲੈਗ ਪਤਾ ਨਹੀਂ ਕੀ ਕਹੀ ਜਾ ਰਹੇ ਸਨ ਇਹ ਹਮਕੋ ਪਿਆਰ ਸੇ ਇੰਡੀਆ ਵਾਲੇ ਰੋਸ਼ਨ ਬੋਲ ਇੰਡੀਆ ਵਾਲੇ ਉਹ ਅੱਗੇ ਜਾਣਾ ਸੀ ਕਿ ਹਮ ਗਾਇਜ਼ ਦੇਖੀਏ ਪਹੁੰਚ ਚੁੱਕੇ ਹਮ ਬਹੁਤ ਜ਼ਿਆਦਾ ਪਾਸ ਬਸ ਅੰਦਰ ਐਂਟਰੀ ਕਰੇਂਗੇ ਔਰ ਆਪਕੋ ਵੀ ਦਿਖਾਏਂਗੇ ਹਮ ਯਾ ਇੱਕ ਗਾੜੀ ਆ ਗਏ ਇੱਕ ਹਮਾਰੀ ਮਾਸੀ ਆਏ ਨਹੀਂ ਹਮਾਰੇ ਸਾਥ ਇਹ ਹਮਾਰੇ ਡਰਾਈਵਰ ਇੱਧਰ ਦੇਖੋ ਡਰਾਈਵਰ ਜੀ ਜਿਸ ਪਾਪਾ ਉਹ ਸਾਡੇ ਡਰਾਈਵਰ ਆ ਉਹ ਸਾਡੀ ਕਾਰ ਚਲਾਉਂਦੇ ਆ ਗਾਇਜ਼ ਪਹੁੰਚ ਚੁੱਕੇ ਅਸੀਂ ਵਾਹਗਾ ਬਾਰਡਰ ਸਾਰੇ ਲਾਈਨ 'ਚ ਲੱਗੇ ਹੋਏ ਆ ਦੇਖੋ ਗਾਇਜ਼ ਰਸ਼ ਤੇ ਗਾਇਜ਼ ਪਹੁੰਚ ਚੁੱਕੇ ਸਾਰੇ ਵਾਹਗਾ ਬਾਰਡਰ ਚੈਕਿੰਗ ਹੋ ਗਈ ਸਾਰਿਆਂ ਦੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕੋਲੋ ਦੀ ਬਹੁਤ ਜ਼ਿਆਦਾ ਨਜ਼ਦੀਕ ਆ ਗਏ ਅਸੀਂ ਦੇਖੋ ਗਾਇਜ਼ ਰਸ਼ ਇੱਥੋਂ ਤੁਹਾਨੂੰ ਅਸੀਂ ਸਾਰਾ ਦਿਖਾਵਾਂਗੇ ਮਿਲਦੇ ਤੁਹਾਨੂੰ ਅੰਦਰ ਜਾ ਕੇ ਥੋੜ੍ਹਾ ਜਿਹਾ ਗਾਇਜ਼ ਬਹੁਤ ਜ਼ਿਆਦਾ ਨਜ਼ਦੀਕ ਪਹੁੰਚ ਗਏ ਅਸੀਂ ਦੇਖੋ ਯਹਾਂ ਸੇ ਲਾਹੌਰ 22 ਕਿਲੋਮੀਟਰ ਕਾ ਰਸਤਾ ਹੈ ਗਾਇਜ਼ ਯਹਾਂ ਸੇ ਬਹੁਤ ਜ਼ਿਆਦਾ ਪਾਸ ਆ ਗਏ ਝੰਡੇ ਸੇ ਵੀ ਆਗੇ ਆ ਗਏ ਹਮ ਗਾਇਜ਼ ਪਹੁੰਚ ਚੁੱਕੇ ਸੀ ਵਾਹਗਾ ਬਾਰਡਰ ਸਾਰੇ ਬੈਠੇ ਹੋਏ ਆ ਦੇਖ ਕੇ ਸਾਰਾ ਕੁਛ ਹੋ ਗਏ ਕਿੱਦਾਂ ਲੱਗਾ ਤੁਹਾਨੂੰ ਪਰੇਡ ਕਿੱਦਾਂ ਹੀ ਲੱਗੀ ਹਾਂਜੀ ਕਿੱਦਾਂ ਹੀ ਲੱਗੀ ਪਰੇਡ ਜੀ ਇੱਦਾਂ ਤੱਕ ਲੱਤ ਹਿੰਦੁਸਤਾਨ ਬੋਲੋ ਹਾਂਜੀ ਕਰੋ ਲੱਤ ਚੱਕ ਕੇ ਦਿਖਾਓ ਚਲੋ ਕਰੋ ਬੱਚੇ ਹਿੰਦ ਜੈ ਹਿੰਦ ਚਲੋ ਜੱਚੂ ਕਰੋ ਜੈ ਹਿੰਦ ਆਹੋ ਗਾਇਜ਼ ਦੇਖੋ ਜਿੰਨੇ ਕਿ ਲਿਆ ਸਾਡਾ ਟੱਬਰ ਹੀ ਹੋਣਾ ਵਾ ਪਰੇਡ ਬਹੁਤ ਵਧੀਆ
ਬਹੁਤ ਬੜੀਆ ਮਜ਼ਾ ਆਇਆ। ਚਲੋ ਗਾਇਸ ਮਿਲਦੇ ਹਾਂ ਤੁਹਾਨੂੰ ਘਰ ਜਾ ਕੇ, ਹੁਣ ਸਾਰਾ ਕੁਛ ਦੇਖ ਲਿਆ, ਵਾਹਗਾ ਬਾਰਡਰ ਵੀ ਦੇਖ ਲਿਆ ਅੰਮ੍ਰਿਤਸਰ ਆ ਕੇ, ਗੋਲਡਨ ਟੈਂਪਲ ਵੀ ਗਾਇਸ ਕਾਫੀ ਵਧੀਆ ਦਿਨ ਰਹੇ ਦੋ ਦਿਨ। ਹੋ ਰਿਹਾ ਥੋੜ੍ਹਾ ਜਿਹਾ ਫੋਟੋ ਸ਼ੂਟ, ਸਾਰੇ ਜਣੇ ਛੋਟੇ ਛੋਟੇ ਬੱਚੇ ਵੀ ਸਾਡੇ ਇੰਡੀਆ ਦਾ ਫਲੈਗ ਦੇਖਣ ਆਏ ਸੀ। ਟ੍ਰੀਟ ਹੋ ਗਈ ਆ, ਖਤਮ, ਜਾ ਰਹੇ ਹੁਣ ਅਸੀਂ ਘਰ। ਸੋ ਗਾਇਸ ਯਹਾਂ ਪੇ ਇਨਕਾ ਫੋਟੋ ਸ਼ੂਟ ਹੋ ਰਹਾ ਹੈ, ਦੇਖੋ ਇਹ ਸਾਰੇ ਖੜੇ ਵੇਟਿੰਗ ਪੇ ਫੋਟੋ ਖਿਚਾਨੇ ਕੇ ਲੀਏ। ਇਸੇ ਦੇਖੀਏ ਇੰਡੀਆ ਕਾ ਫਲੈਗ, ਇਤਨਾ ਬੜਾ ਫਲੈਗ। ਔਰ ਜੋ ਸਾਹਮਣੇ ਫੈਂਸਿੰਗ ਦੇਖ ਰਹੇ ਹਾਂ, ਇਹ ਹੈ ਬਾਰਡਰ ਪਾਕਿਸਤਾਨ, ਪਾਕਿਸਤਾਨ ਫੈਂਸਿੰਗ। ਗਾਇਸ ਜਾ ਰਹੇ ਹਾਂ ਹੁਣ ਅਸੀਂ ਵਾਪਸ, ਮਿਲਦੇ ਹਾਂ ਤੁਹਾਨੂੰ ਜਾ ਕੇ। ਦੇਖ ਲਓ ਹਜੇ ਵੀ ਰਸ਼ ਇੰਨਾ।